ਕਲਾਸ ਵਿੱਚ ਪਹੁੰਚ ਗਏ ਹਾਂ ਜਿੱਥੇ ਉਮਰ ਦਰਾਜ਼ ਤੋਂ ਵੀ ਜਿਹੜੇ ਵਡੇਰੀ ਉਮਰ ਦੇ ਉਰਦੂ ਸਿੱਖ ਰਹੇ ਨੇ ਅਤੇ ਉਰਦੂ ਸਿਖਾ ਰਹੇ ਨੇ ਸਤਨਾਮ ਸਿੰਘ ਸਰ ਨੇ ਜੋ ਕਿ ਪੰਜਾਬੀ ਭਾਸ਼ਾ ਵਿਭਾਗ ਦੇ ਵਿੱਚ ਉਰਦੂ ਦੀਆਂ ਕਲਾਸਾਂ ਵਿਸ਼ੇਸ਼ ਤੌਰ 'ਤੇ ਲਗਾਉਂਦੇ ਨੇ। ਕਲਾਸ ਹੁਣ ਖਤਮ ਹੋ ਚੁੱਕੀ ਹੈ ਤਾਂ ਹੁਣ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਰ, ਤੁਸੀਂ ਕਲਾਸ ਲਗਾ ਰਹੇ ਹੋ, ਇਹ ਵਿਦਿਆਰਥੀ ਤੁਹਾਡੇ ਕੋਲ ਪੜ੍ਹਨ ਦੇ ਆਉਂਦੇ ਨੇ ਅਤੇ ਕੀ ਖਾਸੀਅਤ ਕੀ ਆ ਉਰਦੂ ਦੀ? ਪਹਿਲੀ ਗੱਲ ਤਾਂ ਇਹ, ਹੋਰਨਾਂ ਭਾਸ਼ਾਵਾਂ ਤੋਂ ਉਰਦੂ ਅਲੱਗ ਕਿਵੇਂ? ਹਾਂਜੀ ਮੈਡਮ, ਇਹ ਉਰਦੂ ਇੱਕ ਬਹੁਤ ਮਿੱਠੀ ਔਰ ਬਹੁਤ ਹੀ ਸੁਰੀਲੀ ਆਵਾਜ਼ ਹੈ, ਜਿਸ ਕਰਕੇ ਇਹਨਾਂ ਨੂੰ ਉਰਦੂ ਸਿੱਖਣ ਦੀ ਲੋੜ ਪੈਂਦੀ ਹੈ। ਅਤੇ ਮੈਂ ਵੀ ਇਸੇ ਵਜ੍ਹਾ ਕਰਕੇ ਹੀ ਉਰਦੂ ਸਿੱਖਿਆ। ਮੇਰੇ ਉਸਤਾਦ ਜੀ ਪ੍ਰੇਮ ਸਿੰਘ ਬਜਾਜ ਜੀ ਨੇ, ਜਿਹੜੇ ਇੱਥੇ ਲਾਇਬ੍ਰੇਰੀ ਵਿੱਚ ਪੰਜਾਬੀ ਸਾਹਿਤ ਅਕੈਡਮੀ 'ਚ ਲੈਡ ਡਾਇਰੈਕਟਰ ਲੱਗੇ ਹੋਏ ਨੇ, ਉਹਨਾਂ ਨੇ ਮੈਨੂੰ ਬੜੇ ਹੀ ਪਿਆਰ ਨਾਲ ਆਪਣਾ ਬੱਚਾ ਸਮਝ ਕੇ, ਆਪਣਾ ਛੋਟਾ ਬ੍ਰਦਰ ਸਮਝ ਕੇ ਮੈਨੂੰ 10 ਸਾਲਾਂ 'ਚ ਸਿਖਾਇਆ ਇਹ। ਪਹਿਲੇ 2 ਸਾਲ ਤਾਂ 5 ਸਾਲ ਤਾਂ ਮੈਨੂੰ ਵੀ ਕੁਛ ਨਹੀਂ ਪਤਾ ਲੱਗਿਆ, ਪੂਰੇ 10 ਸਾਲ ਤੋਂ ਬਾਅਦ ਮੈਨੂੰ ਸਮਝ ਆਈ ਵੀ ਉਰਦੂ ਕੀ ਚੀਜ਼ ਹੈ। ਹੁਣ ਮੈਂ ਉਹਨਾਂ ਦੇ ਹੀ ਰਹਿਨਮਾਈ ਥੱਲੇ ਟੀਚਰ ਇੱਥੇ ਲੱਗਿਆ ਹੋਇਆ ਅਤੇ ਇਹਨਾਂ ਨੂੰ ਉਰਦੂ ਪੜ੍ਹਾ ਰਿਹਾ। ਸੋ ਜੇਕਰ ਉਰਦੂ ਦੀ ਗੱਲ ਕੀਤੀ ਜਾਵੇ, ਇਹ ਵਿਦਿਆਰਥੀ ਜਿਹੜੇ ਆਉਂਦੇ ਨੇ, ਕਿੰਨੇ ਵਿਦਿਆਰਥੀ ਤੁਹਾਡੇ ਕੋਲ ਪੜ੍ਹਦੇ? ਮੇਰੇ ਕੋਲ ਜੀ ਵਿਦਿਆਰਥੀ ਕਈ ਸਾਲਾਂ ਦਾ ਮੈਂ ਦੇਖ ਰਿਹਾ, ਆ ਤਾਂ 30-40 ਜਾਂਦੇ ਨੇ, ਬਟ ਦਿਲ ਲਾ ਕੇ ਪੜ੍ਹਨ ਵਾਲੇ, ਐਗਜ਼ਾਮ ਦੇਣ ਵਾਲੇ ਉਹ ਘੱਟ ਤੋਂ ਘੱਟ 20 ਰਹਿ ਜਾਂਦੇ ਨੇ। ਉਹਨਾਂ ਵਿੱਚੋਂ ਹੁਣ ਵੀ ਤੁਹਾਡੇ ਸਾਹਮਣੇ 20-21 ਸਟੂਡੈਂਟ ਬੈਠੇ ਨੇ ਔਰ ਇਹ ਸਾਰੇ ਹੀ ਸਿੱਖ ਕੇ ਚੰਗੀ ਤਰ੍ਹਾਂ ਐਗਜ਼ਾਮ ਦੇ ਕੇ ਪਾਸ ਹੋ ਕੇ ਜਾਣਗੇ। ਸੋ ਜੇਕਰ ਉਰਦੂ ਸਿੱਖਣੀ ਹੋਵੇ ਤਾਂ ਕਿੰਨੀ ਫੀਸ ਹੁੰਦੀ ਹੈ, ਕਲਾਸਾਂ ਦੀ ਐਡਮਿਸ਼ਨਾਂ ਕਦੋਂ ਹੁੰਦੀਆਂ? ਹਾਂਜੀ, ਇਹਨਾਂ ਦੇ 2 ਗਰੁੱਪ ਨੇ ਜੀ, ਇੱਕ ਤਾਂ ਜਨਵਰੀ ਤੋਂ ਸਟਾਰਟ ਹੁੰਦਾ ਜੀ, ਇੱਕ ਹੁੰਦਾ ਜੁਲਾਈ ਤੋਂ ਸਟਾਰਟ। ਹਰ 6 ਮਹੀਨੇ ਦਾ ਗਰੁੱਪ ਹੈ, 6 ਮਹੀਨੇ ਦੇ ਵਿੱਚ ਭਾਸ਼ਾ ਵਿਭਾਗ ਨੇ ਕੋਈ ਵੀ ਫੀਸ ਨਹੀਂ ਲੈਂਦੇ ਜੀ, ਫਰੀ ਐਜੂਕੇਸ਼ਨ ਹੈ ਔਰ ਫਰੀ ਸਾਰਾ ਕੁਝ ਇਹਨਾਂ ਨੂੰ ਜਿਹੜਾ ਸਟਰਕਚਰ ਫਰੀ ਦਿੱਤਾ ਹੋਇਆ ਹੈ, ਉਹ 1 6 ਮਹੀਨੇ ਦਾ ਸਿਰਫ ਕੋਰਸ ਹੈ। ਪੂਰਾ ਕੋਰਸ ਕਰਨ ਤੋਂ ਬਾਅਦ ਇਹਨਾਂ ਦਾ ਐਗਜ਼ਾਮ ਵੀ ਲਿਆ ਜਾਂਦਾ, ਉਹ 1 ਦਿਨ ਹੁੰਦਾ ਲਾਸਟ ਡੇ, ਉਹ ਐਗਜ਼ਾਮ ਦੇ ਵਿੱਚੋਂ ਸਾਰੇ ਬੱਚੇ ਜਿਹੜੇ ਪਾਸ ਹੋ ਜਾਂਦੇ ਉਹਨਾਂ ਨੂੰ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਅਤੇ ਉਹਦੇ ਨਾਲ ਇਹ ਅੱਗੇ ਕਿਤੇ ਵੀ ਵਰਤੋਂ 'ਚ ਲਿਆ ਸਕਦੇ ਆ। ਪਟਵਾਰੀਆਂ ਨੂੰ ਵਰਤੋਂ 'ਚ ਆਉਂਦੀ ਹੈ, ਵਕੀਲ ਬਹੁਤ ਸਾਰੇ ਵਕੀਲ ਵੀ ਆਉਂਦੇ ਨੇ, ਉਹਨਾਂ ਦੀ ਵਰਤੋਂ 'ਚ ਆਉਂਦਾ ਹੈ। ਸੋ ਕੋਈ ਦਿਲਚਸਪ ਘਟਨਾ ਹੋਈ ਹੋਵੇ ਤੁਹਾਡੇ ਨਾਲ ਆ ਕੇ, ਜਿਹੜੇ ਇਹ ਵਿਦਿਆਰਥੀ ਨੇ ਜਿਹੜੇ ਉਮਰ ਦਰਾਜ ਦੇ ਨੇ, ਹੈ ਨਾ, ਸੋ ਕਦੇ ਆ ਕੇ ਇਹਨਾਂ ਨੇ ਕੋਈ ਸਵਾਲ, ਟੇਢਾ ਸਵਾਲ ਕੀਤਾ ਹੋਵੇ ਕਿ ਸਾਨੂੰ ਆਹ ਚੀਜ਼ ਦੇਣ ਚਾਹੀਦੀ, ਕੋਈ ਦਿਲਚਸਪ ਘਟਨਾ? ਹਾਂਜੀ, ਇਹਨਾਂ ਦੇ ਮੋਸਟਲੀ ਉਰਦੂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ, ਇਹ ਪਜ਼ਲ ਹੋ ਜਾਂਦੇ ਨੇ ਕਿ ਉਰਦੂ ਵਿੱਚ 37 ਸ਼ਬਦ ਨੇ, 13 ਸ਼ਬਦ ਉਹਨਾਂ ਨੇ ਆਪਣੇ ਕੋਲੋਂ ਬਣਾਏ ਆ 2 ਚਸ਼ਮੇ ਹੇ ਲਾ ਕੇ, ਇਹ ਉੱਥੇ ਪਜ਼ਲ ਹੋ ਜਾਂਦੇ ਅਤੇ ਮੈਨੂੰ ਵੀ ਵਾਰ ਵਾਰ ਇਹੀ ਸਵਾਲ ਕਰਦੇ ਆ ਅਤੇ ਮੈਂ ਵੀ ਇਹਨਾਂ ਨੂੰ ਕਹਿੰਦਾ ਵੀ ਇਹ ਤੁਸੀਂ ਜਿਸ ਤਰ੍ਹਾਂ ਸਿਖਾ ਰਹੇ ਹੋ ਉਸ ਤਰ੍ਹਾਂ ਸਿੱਖੀ ਜਾਓ, ਇੰਨੀ ਤੁਹਾਡੇ ਲਈ ਕਾਫੀ ਹੈ, ਬਹੁਤਾ ਡੂੰਘਾਈ ਵਿੱਚ ਜਾਣ ਦੀ ਲੋੜ ਨਹੀਂ ਹੈ। ਇੱਕ ਉਰਦੂ ਵਿੱਚ ਹੋਰ ਕੰਪਲੀਕੇਸ਼ਨ ਪੈਦਾ ਕੀਤੀਆਂ, 4-5 ਜੱਜੇ ਨੇ, 2 ਤੱਤੇ ਨੇ, ਹਾਂਜੀ 2 ਖੱਖੇ ਨੇ, ਇਸ ਤਰ੍ਹਾਂ ਕੰਪਲੀਕੇਸ਼ਨ ਪੈਦਾ ਕੀਤੀ ਹੋਈਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਥੋੜ੍ਹੀ ਜਿਹੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਹੌਲੀ ਹੌਲੀ 95-96 ਮਹੀਨੇ ਜਾ ਕੇ ਉਹ ਵੀ ਕਲੀਅਰ ਹੋ ਜਾਂਦੀ ਹੈ। ਸੋ ਸਾਰੇ ਜਿਹੜੇ ਵਿਦਿਆਰਥੀ ਆਉਂਦੇ ਨੇ ਵਧੀਆ ਪੜ੍ਹ ਲੈਂਦੇ ਨੇ, ਕਦੇ ਇੱਦਾਂ ਤਾਂ ਨਹੀਂ ਹੋਇਆ ਕੋਈ ਇਸੇ ਵਿਦਿਆਰਥੀ ਨੂੰ ਕੋਈ ਸਮਝ ਨਾ ਆਇਆ ਹੋਵੇ? ਬਹੁਤ ਹੀ ਮਿਹਨਤੀ ਨੇ ਜਿੰਨੇ ਸਟੂਡੈਂਟ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਬਹੁਤ ਹੀ ਹਾਰਡ ਵਰਕ ਨੇ, ਬਹੁਤ ਹੀ ਵਧੀਆ ਲਿਖਦੇ ਨੇ। ਮੈਂ ਤੁਹਾਨੂੰ ਇੱਕ ਬੱਚੇ ਦੀ ਲਿਖਾਈ ਵੀ ਦਿਖਾਉਂਦਾ, ਹਸਰ ਆਪਣੀ ਲਿਖਾਈ ਦੇਖੋ, ਦੇਖੋ ਇਹਨਾਂ ਨੇ ਰੋਜ਼ ਦੀ ਰੋਜ਼ ਪ੍ਰੈਕਟਿਸ ਕਰਦੀ ਹੈ ਜੀ, ਬਹੁਤ ਸੋਹਣੀ ਇਹਨਾਂ ਨੇ ਅੰਗਰੇਜ਼ੀ ਲਿਖੀ ਹੈ ਔਰ ਪਹਿਲੇ ਦਿਨ ਤੋਂ ਹੀ ਬਹੁਤ ਸਾਫ਼ ਸੁਥਰੀ ਸੋਹਣੀ ਲਿਖਦੇ ਹੈ, ਸਾਰਿਆਂ ਦੀ ਲਿਖਾਈ ਬਹੁਤ ਸੋਹਣੀ ਹੈ ਇੱਥੇ, ਠੀਕ ਹੈ, ਉਹ ਸਮਝ ਲਓ ਵੀ ਇਹਨਾਂ ਦੀ ਮਿਹਨਤ ਦਾ ਰਿਜ਼ਲਟ ਹੈ। ਸੋ ਜਿੱਦਾਂ ਤੁਸੀਂ ਕਿਹਾ ਕਿ ਕੋਈ ਫੀਸ ਨਹੀਂ ਹੁੰਦੀ, ਸਾਰੇ ਤੁਸੀਂ ਫ੍ਰੀ ਹੀ ਬੱਚੇ ਪੜ੍ਹਦੇ ਨੇ, 6 ਮਹੀਨਿਆਂ ਦਾ ਗਰੁੱਪ ਹੁੰਦਾ ਹੈ, ਬੱਚੇ ਪੜ੍ਹ ਕੇ ਚਲੇ ਜਾਂਦੇ ਨੇ, ਫਿਰ ਨਵੇਂ ਦਾਖਲੇ ਸ਼ੁਰੂ ਹੋ ਜਾਂਦੇ ਨੇ, ਹੈ ਨਾ, ਸੋ ਉਹ ਨਵੇਂ ਦਾਖਲਿਆਂ ਦੇ ਵਿੱਚ ਵੀ ਇਹ ਪਹਿਲੀ ਵਾਰ ਇੱਦਾਂ ਹੋਇਆ ਕਿ ਇਹ ਉਮਰ ਦਰਾਜ ਦੇ ਇੱਥੇ ਵਿਦਿਆਰਥੀ ਆਏ ਨੇ ਜਾਂ ਇਹ ਅੱਗੇ ਵੀ ਇੱਦਾਂ ਹੀ ਚੱਲਦੇ ਆਉਂਦੇ? ਨਹੀਂ, ਅਲੱਗ ਅਲੱਗ, ਕਈ ਵਾਰੀ ਯੰਗ ਬਲੱਡ ਆ ਜਾਂਦਾ ਜਦੋਂ ਪੇਪਰ ਵਿੱਚ ਐਡ ਕਰਵਾਉਂਦੇ ਨੇ, ਉਹਦੇ ਵਿੱਚ ਕਈ ਵਾਰੀ ਬਜ਼ੁਰਗ ਦਰਾਜ ਉਮਰ ਦੇ ਬੰਦੇ ਨਹੀਂ ਪੜ੍ਹਦੇ, ਉਹ ਨਹੀਂ ਆਉਂਦੇ, ਜਿਹੜੇ ਪੜ੍ਹ ਲੈਂਦੇ ਆ ਉਹ ਆ ਜਾਂਦੇ ਆ, ਤੋ ਮਿਕਸ ਜਿਹਾ ਪ੍ਰੋਗਰਾਮ ਹੈ। ਹੁਣ ਵੀ ਯੰਗ ਬਲੱਡ ਦੇਖ ਲਓ, ਮੁੰਡਾ ਬੈਠਾ ਕੁਲਵੀਰ, ਕੁਲਦੀਪ ਬੈਠਾ, ਇਹ ਸਾਰੇ ਯੰਗ ਹੀ ਨੇ, ਇਹ ਮਿਕਸ ਆ ਪ੍ਰੋਗਰਾਮ, ਪਰ ਇਹ ਵੀ ਇੰਨੇ ਸਨਸੀਅਰ ਸਿਆਣੇ ਔਰ ਸੂਝਵਾਨ ਨੇ, ਮੈਂ ਇਹਨਾਂ ਨੂੰ ਵਿਦਵਾਨਾਂ ਦਾ ਜਾਂ ਉਮਰ ਦਰਾਜ ਵਾਲਿਆਂ ਦੇ ਬਰਾਬਰ ਦਾ ਦਰਜਾ ਦਿੰਦਾ। ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਜੀ, ਇਸ ਦੇ ਨਾਲ ਅਸੀਂ ਜਿਹੜੇ ਆ ਇੱਥੇ ਜਿਹੜੇ ਵਿਦਿਆਰਥੀ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਇੱਥੇ ਪੜ੍ਹਨਾ, ਕਿੱਦਾਂ ਉਹਨਾਂ ਦੇ ਅੰਦਰ ਚੇਤਕ ਜਾਗੀ ਕਿ ਅਸੀਂ ਉਰਦੂ ਸਿੱਖਣੀ ਆ। ਸੋ ਜਿੱਥੇ ਆਪਾਂ ਪੰਜਾਬੀ ਨੂੰ ਪ੍ਰਫੁੱਲਤ ਵੀ ਕਰ ਰਹੇ ਹਾਂ, ਉੱਥੇ ਤੁਸੀਂ ਉਰਦੂ ਵੀ ਸਿੱਖਣ ਆਉਂਦੇ ਹੋ, ਕੀ ਖਿਆਲ ਆਇਆ ਮਨ? ਇਹ ਖਿਆਲ ਇਸ ਤਰ੍ਹਾਂ ਆਇਆ ਜੀ ਕਿ ਇਸ ਜ਼ਬਾਨ ਤੋਂ ਅਸੀਂ ਵਾਂਝੇ ਰਹੇ ਹੋਏ ਹਾਂ, ਉਹ ਸਾਡੇ ਵੇਲੇ ਸਕੂਲਾਂ ਦੇ ਵਿੱਚ ਨਹੀਂ ਸਿਖਾਈ ਜਾਂਦੀ ਸੀ, ਪਰ ਕੁਛ ਟਾਈਮ ਦੇ ਨਾਲ ਪਤਾ ਲੱਗਾ ਕਿ ਸਿੱਖਣੀ ਚਾਹੀਦੀ ਸੀ, ਹੈ ਨਾ, ਤਾਂ ਹੁਣ ਉਹਦੀ ਸ਼ੁਰੂਆਤ ਕੀਤੀ। ਸੋ ਸਰ, ਤੁਹਾਡੀ ਉਮਰ ਕਿੰਨੀ ਹੈ ਜੀ ਅਤੇ ਤੁਸੀਂ ਵੀ ਸਿੱਖਦੇ ਹੋ, ਕੀ ਮਹਿਸੂਸ ਹੁੰਦਾ ਹੈ? 78 ਏਜ ਹੈ ਮੇਰੀ, ਬਸ ਸ਼ੌਕ ਕਰਕੇ ਹੀ ਸਿੱਖਿਆ,
शौक क्योंकि जो पाकिस्तान बनिया तो मैं 2 महीने पढ़िया सी, वो मेरे दिमाग चल रहा सी, ते मैं उर्दू शायरी जोड़ी थोड़ी सी मैं ये मैं सीखनी चाहता सी भी किदा हिसाब किताब है, वो मैं पढ़ नहीं सकता, इस करके मतलब मैं फिर आ गया भाई थोड़ा बहुत इन्होंने ज्ञान हासिल करिए। बाकी सारी शौक की गल है, जिथे भी जाओ शौक करके खारा हों काम। सो मैं थोड़े वाल आवी, तुम की काम करते हो? नहीं मैडम, मैं ड्राफ्ट्समैन हाँ एज ए प्रोफेसन, तो मैं जरूरत पैंती है कई बार पढ़ने की किस चीज़ों की, तो उस वास्ते सीखते हैं। आने पूरी समझ आ रही है उर्दू की? हाँ जी, उर्दू ही पूरी समझ आ रही है। की बदलाव महसूस होता है? बदलाव ये महसूस होता है, एक लैंग्वेज लर्न कर लेंगे एक कॉन्फिडेंस आ जाता है, कोई थोड़े को 3 लैंग्वेज ऑलरेडी हर एक आती है, पंजाबी इंग्लिश हिंदी, सो उर्दू एक एडिड एडवांटेज हैगा, तो जे तुसी होर शौक रखते हो होर 2-3 लैंग्वेज लर्न कर सकते हो। सो जिथे विद्यार्थी ने उत्थे सिर्फ तो सिर्फ एक ही लेडी आ जो कि उर्दू सीखण आई, बाकी सारे जड़े जिन्हें भी ने सारे ही व्यक्ति बैठे हुए हैं, तो समर्द बैठे हुए हैं, तो एको ही लेडी आ जी उर्दू सीखण आए। कि मैम किदां दा लगदा इत्थे तुहानूं सीख के? मैनूं तो बहुत अच्छा लगता है, बिकॉज ऑफ जदों असी अपने स्कूल के टाइम पढ़े सी पंजाब दे विच, ए सानूं कोई ऑफर नहीं सी उर्दू सीखण वास्ते, तो मेरे घर दे विच मेरे पिता जी नूं भी आंदा सीगा, तो मेरे हसबैंड जिहड़े ओह पाकिस्तान तो पढ़े हुए हैं, उन्होंने उर्दू और फारसी अरबी सारा कुछ आता है, तो जो मैं उन्होंने हैंड राइटिंग देखती हूँ मैं अच्छा लगता जो बोलते हैं, तो मैं काफ़ी देर तो शौक सीगा। कह सकते कि तुसे अपने पति तो प्रभावित होकर जी उर्दू सीखनी शुरू की? पिता जी तो और मैं अपने हसबैंड तो उन्होंने वाल देख के मैं काफ़ी देर तो शौक सीगा, मैं तो एज ए शौक। और एक सब तो वड्डी ये चीज़ है कि जो असी फॉरन कंट्रियां च जाते हैं ना, मैं ज़्यादा फील किया सीगा कि इंग्लैंड दे विच और आस्ट्रेलिया दे विच कई जगह पर जोड़े बोर्ड हैगे ने वो उर्दू विच हैगे ने, इंग्लिश और उर्दू, पंजाबी हिंदी उन्होंने कंट्रियां दे विच है नहीं है। दैट्स वाए कि अगर असी किसी कंट्रियां भी जाते हैं तो साढ़े उत्थे काम भी आ सकती है, चीज़ छूरी नहीं है, शौक शौक दे नाल एक यूज भी हो जाए ने चीज़ा, दैट्स वाए। सो बिल्कुल जी, असी अगे फिर वध चलदे होर स्टूडेंट्स बैठे ने इत्थे, सो मैं थोड़ा पूछागी कि जिहड़ी उर्दू जबान है एक भाषा थानू किवें दी लगदी है? बहुत अच्छी लगी जी, भाषा तो बहुत मिठी और वधिया हैगी है जी, साढ़े सर बहुत तरीके नाल समझा रहे, तुसी देख रहे हो, तुसी आप ही देखे है, इन्हां दी समझ इन्नी वधिया, उस्ताद तो बिना उर्दू आ ही नहीं सकती, ये एक्सपीरियंस है जी, उस्ताद तो बिना ये नहीं सिखाया जा सकता, और इन्हां दा तरीका इन्ना वधिया है कि हरेक दे समझ विच आ रहा जी, बिल्कुल जी, कोई कमी नहीं जी। तुसी की कहना चाहोगे? मैं तो यही कहना चाहूँगा जी, मैं एक्चुअली 10 दिन पहला अखबार चाहन तो पहला जागया सी मन च भी उर्दू सीखा, फिर जो इन का अखबार चाया तो फिर मैं लगे भी सुनने के सुहागा ते नवी जबान सीख लैनी चाहिए है, तो फिर बगैर लेकिन बगैर टीचर तो नहीं सीख सकते, जे तुम सोचो किताबा पढ़ के नहीं आप सीख सकते, बगैर टीचर की जरूर मस्ट है जी। बिल्कुल जी, इस दे नाल मैं तुहानूं दस्सना चाहवांगी ये वो स्टूडेंट्स बैठे हुए हैं जिन्हों का नाम है कुलदीप सिंह लोहट, जिन्होंने पंजाबी दे विच बहुत सारे मल्ला मारिया ने, बहुत सारे जिहड़े लेख ने वो वख वख अखबारों नूं दित्ते ने, अक्सर ही इन्हां दे जिहड़े लेख ने वो छपदे रहिंदे ने अखबारों दे विच, टीवी चैनलों दे नाल भी ये जुड़े हुए ने, सो बहुत ही वधिया काम कर रहे हैं, तो पंजाबी अपनी जुबान है, तो पंजाबी च तुसीं तो बेशक परपक्क हो है ना, तो उर्दू का ख्याल किवें मन च आया जी? मनदीप मेरे काफ़ी सालों तो जहन दे विच सीगे, मैं उर्दू सीखा पर सुभावे इसे बारी बने जी। सो पंजाबी तो बाद आप उर्दू सीखनी शुरू की है ना, हुण उर्दू दे विच किन्ना जिहड़ा बदलाव लग रहा है कि हाँ सौखी है जां समझना औखा है जी? देखो औखा तो मनुख वास्ते इंसान वास्ते कोई भी काम नहीं हैगा, हौली हौली जिहड़ा है उहदा उहदे च परपक्क हुंदा जांदा बंदा, पर जिहड़ी गल हैगी है कि किन्ना क बदलाव आया, हुण बहुत सारा कुछ पता लगता कि असी काफ़ी कुछ जिहड़ा हैगा वह गलत बोलते सीगे, इत्थे आके पता लगता जिवें जिवें सर दस रहे ने उत्थे पता लगता कि उर्दू के किहड़े किहड़े शब्द असी गलत बोले सी, उह उस्ताद तो सीखण तो बिना पता नहीं लगता। आई एम अस्ट्रोलजर, आई एम स्टडिंग रैड बुक, वो सारी रैड बुक उर्दू विच है, तो वो असी पढ़ते हिंदी विच उन्हों पर सारे वर्ल्ड किहड़े उर्दू विच ने, तो इस करके मैं जरूरत पई भी उर्दू सीखा। आई एम 66 ईयर ओल्ड है। सो तुसी देखो कि ये जो विद्यार्थी ने जिते 78 साल तो भी लैके सर सारे बैठे हुए ने, सो तुसी की कर दे हो? मैं लिटरेचरी से अपना फील्ड बनाने की कोशिश कर रहा हाँ। सब तो पहला तो जी सारे स्रोतिया दर्शकों मेरे वालों आदाब सलाम अर्ज, तो
ਮੈਨੂੰ ਬਹੁਤ ਵਧੀਆ ਲੱਗਿਆ ਕਿ ਸਰਕਾਰ ਵੱਲੋਂ ਕਿਸੇ ਭਾਸ਼ਾ ਨੂੰ ਜ਼ਿੰਦਾ ਰੱਖਣ ਦੀ ਬਹੁਤ ਵਧੀਆ ਕੋਸ਼ਿਸ਼ ਹੈ, ਉਹ ਵੀ ਫਰੀ ਆਫ ਕੋਸਟ, ਕੋਈ ਪੈਸਾ ਨਹੀਂ ਲਿਆ ਜਾ ਰਿਹਾ, ਬਹੁਤ ਵਧੀਆ ਕੋਸ਼ਿਸ਼ ਹੈ। ਅੱਗੇ ਸਿਰਫ ਇਹ ਚੀਜ਼ਾਂ ਮਦਰਸੇ 'ਚ ਸਿਖਾਈ ਜਾਂਦੀਆਂ ਹਨ। ਮੈਂ ਮੁਸਲਮਾਨ ਹਾਂ, ਚੂੰਕਿ ਮੁਹੰਮਦ ਵਾਜ ਅਲੀ ਮੇਰਾ ਨਾਮ ਹੈ, ਮੈਂ ਮਦਰਸੇ 'ਚ ਇੱਕ ਦੋ ਵਾਰੀ ਗਿਆ ਆ, ਪਰ ਚੂੰਕਿ ਉੱਥੇ ਏਜ ਗੈਪਿੰਗ ਕਰਕੇ ਬੜੀ ਪ੍ਰੋਬਲਮ ਆ ਰਹੀ ਸੀ, ਬਹੁਤ ਛੋਟੇ ਛੋਟੇ ਬੱਚੇ ਹੁੰਦੇ ਉੱਥੇ, ਸੋ ਮੈਨੂੰ ਪੜ੍ਹਨਾ ਬੜਾ ਔਖਾ ਲੱਗ ਰਿਹਾ ਸੀ। ਅਤੇ ਮੈਨੂੰ ਬੜੀ ਖੁਸ਼ੀ ਹੋਈ, ਇੱਕ ਦਿਨ ਅਖਬਾਰ 'ਚ ਮੈਂ ਪੜ੍ਹਿਆ ਵੀ, ਐਂ ਕਰਕੇ ਪੰਜਾਬੀ ਸਿਖਾਈ ਜਾ ਰਹੀ, ਪੰਜਾਬੀ ਭਵਨ 'ਚ ਉਰਦੂ ਸਿਖਾਈ ਜਾ ਰਹੀ ਹੈ, ਤੋ ਮੈਂ ਇੱਥੇ ਆਇਆ, ਆਪਣਾ ਦਾਖਲਾ ਕਰਵਾਇਆ ਅਤੇ ਸਿੱਖ ਰਿਹਾ ਹਾਂ। ਬਹੁਤ ਵਧੀਆ ਤਰੀਕੇ ਨਾਲ, ਪਹਿਲੇ ਅਸੀਂ ਸੋਚਦੇ ਸੀਗੇ ਵੀ ਇਹ ਮੁਸਲਮਾਨੀ ਲੈਂਗੁਏਜ ਆ, ਮੁਸਲਮਾਨ ਹੀ ਵਧੀਆ ਤਰੀਕੇ ਨਾਲ ਸਿਖਾ ਸਕਦਾ ਹੈ, ਪਰ ਐਸੀ ਕੋਈ ਗੱਲ ਨਹੀਂ ਆ। ਇੱਥੇ ਜਿਹੜੇ ਸਰ ਨੇ ਸਾਡੇ ਸਤਨਾਮ ਸਿੰਘ ਜੀ, ਬਹੁਤ ਵਧੀਆ ਸਿਖਾਉਂਦੇ ਨੇ, ਇੰਨਾ ਕੁ ਵਧੀਆ ਤਰੀਕਾ ਇਹਨਾਂ ਦਾ, ਇੰਨਾ ਵਧੀਆ ਇੱਕ ਇੱਕ ਅੱਖਰ ਕਈ ਕਈ ਵਾਰੀ ਲਿਖ ਲਿਖ ਕੇ ਸਿਖਾਉਂਦੇ ਨੇ, ਜਦ ਤੱਕ ਸਾਡੇ ਦਿਮਾਗ 'ਚ ਵੜ ਨਾ ਜਾਵੇ ਤਦ ਤੱਕ ਉਹ ਹਟਦੇ ਨਹੀਂ ਹੈਗੇ, ਅਤੇ ਬਹੁਤ ਵਧੀਆ ਸਿਖਾ ਰਹੇ ਨੇ। ਅਤੇ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗੀ ਕਿ ਚਲੋ ਸੁਮਨ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਲੱਗ ਅਲੱਗ ਏਜ ਦੇ ਇੱਥੇ ਸਾਰੇ ਸਟੂਡੈਂਟਸ ਨੇ, ਤੋ ਇੱਥੇ ਮੇਰੇ ਨਾਲ ਹੁਣ 24 ਸਾਲ ਦਾ ਇੱਕ ਨੌਜਵਾਨ ਵੀ ਮੌਜੂਦ ਹੈ ਜਿਹਨੂੰ ਉਰਦੂ ਜਿਹੜਾ ਆ ਸਿੱਖਣ ਦਾ ਸ਼ੌਂਕ ਜਾਗਿਆ। ਕੀ ਨਾਮ ਹੈ ਤੁਹਾਡਾ? ਮੇਰਾ ਜੀ ਗੁਰਕਿਰਤ ਸਿੰਘ ਜੀ। ਗੁਰਕਿਰਤ, ਕਿੱਦਾਂ ਦਾ ਲੱਗ ਰਿਹਾ? ਵਧੀਆ ਲੱਗ ਰਿਹਾ ਜੀ। ਵੈਸੇ ਮੇਰਾ ਸ਼ੌਂਕ ਸੀਗਾ ਕਿਉਂਕਿ ਲੋਕ ਆਪਣੇ ਜਨਰੇਸ਼ਨ, ਨਿਊ ਜਨਰੇਸ਼ਨ ਫ੍ਰੈਂਚ ਕਰਨੀ ਜਾਂ ਇੰਗਲਿਸ਼ ਆਇਲਸ ਕਰਨੀ ਜਾਂਦੇ ਨੇ, ਮੈਂ ਕੁਛ ਅਲੱਗ ਸੋਚਿਆ, ਮੈਂ ਕਿਹਾ ਵੀ ਉਰਦੂ ਸਿੱਖਣੀ ਚਾਹੀਦੀ ਹੈ, ਆਪਣੇ ਨਾਲ ਵੀ ਜੁੜੀ ਆ, ਆਪਣੀ ਮਤਲਬ ਕਿ ਜਦ ਪਿੱਛੋਂ ਤੋਂ ਪਿਛੋਕੜ ਦੇ ਨਾਲ ਜੁੜੀ ਹੋਈ ਆ, ਇਸ ਲਈ ਮੈਨੂੰ ਥੋੜ੍ਹਾ ਜਿਹਾ ਸੀਗਾ ਸ਼ੁਰੂ ਤੋਂ ਹੀ ਸਿੱਖਣ ਦਾ, ਇਸ ਲਈ ਮੈਂ ਉਰੇ ਆਇਆ ਸੀਗਾ। ਸੋ ਬਿਲਕੁਲ ਜੀ, ਗੁਰਕਿਰਤ ਨੇ ਗੱਲ ਬਹੁਤ ਸੋਹਣੀ ਆਖੀ। ਅੱਜ ਕੱਲ੍ਹ ਦੇ ਜਿਹੜੇ ਵਿਦਿਆਰਥੀ ਹੁੰਦੇ ਨੇ ਉਹ ਜ਼ਿਆਦਾਤਰ ਆਇਲਸ ਕਰਨਾ ਜ਼ਿਆਦਾ ਤਰਜੀਹ ਦਿੰਦੇ ਨੇ ਕਿ ਅਸੀਂ ਬਾਹਰਲੇ ਦੇਸ਼ਾਂ 'ਚ ਜਾਣਾ ਆ, ਸੋ ਅਸੀਂ ਜਿਹੜੇ ਆ ਇਹ ਪੜ੍ਹਾਈ ਕੀਤੀ ਜਾਵੇ। ਸੋ ਇਸ ਦੇ ਨਾਲ, ਹਾਂਜੀ, ਕੀ ਨਾਮ ਹੈ ਤੁਹਾਡਾ? ਰਾਮਜੀਦਾਸ ਸਿੰਘ ਜੀ। ਰਾਮ ਜੀ, ਤੁਸੀਂ ਜੀ 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 ਬਿਲਕੁਲ, ਤੁਸੀਂ ਪੜ੍ਹ ਰਹੇ ਹੋ, ਉਰਦੂ ਸਿੱਖ ਰਹੇ ਹੋ, ਮੈਂ ਦੇਖ ਰਹੀ ਸੀ ਤੁਸੀਂ ਕਲਾਸ ਵਿੱਚ ਬੜੀ ਦਿਲਚਸਪੀ ਲੈ ਰਹੇ ਸੀ, ਤੁਸੀਂ ਆਪਣੇ ਸਰ ਨੂੰ ਸਵਾਲ ਵੀ ਪੁੱਛ ਰਹੇ ਸੀ, ਹੈ ਨਾ? ਕਿੰਨੀ ਕੁ ਚੇਟਕ ਹੈ ਚਿਣਗਾ ਕਿ ਹਾਂ ਮੈਂ ਉਰਦੂ ਸਿੱਖਣੀ ਹੈ? ਮੈਮ, ਮੇਰਾ ਅਸਲ ਵਿੱਚ ਮੈਨੂੰ ਹੋਬੀ ਹੈ ਕਿ ਲਿਖਣ ਦੀ, ਅਤੇ ਇਸ ਕਰਕੇ ਮੈਨੂੰ, ਮੈਂ ਪਿਛਲੇ ਸਾਲ ਵੀ ਟਰਾਈ ਕੀਤਾ ਸੀ, ਉਸ ਟਾਈਮ ਮੇਰੀ ਬੀ ਕੌਮ ਚੱਲਦੀ ਪਈ ਸੀ, ਇਸ ਸਾਲ ਮੇਰੀ ਬੀ ਕੌਮ ਕੰਪਲੀਟ ਹੋਈ ਆ, ਤਾਂ ਫਿਰ ਮੈਂ ਇਸ ਵਾਰ ਕਲਾਸਿਸ ਲਾਉਣਾ ਹੈ, ਤਾਂ ਮੈਨੂੰ ਦਿਲੀ ਖਵਾਹਿਸ਼ ਹੋਈ ਮਤਲਬ ਕਿ ਤਾਂ ਕਰਕੇ। ਸੋ ਬਿਲਕੁਲ ਜੀ, ਸਰ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੈਂ ਨਰਿੰਦਰ ਸਿੰਘ। ਕੰਮ ਕੀ ਕਰਦੇ ਹੋ ਤੁਸੀਂ? ਮੈਂ ਇਨਕਮ ਟੈਕਸ ਆਫੀਸਰ ਹਾਂ। ਇਨਕਮ ਟੈਕਸ ਆਫਿਸ ਵਿੱਚ ਹੋ ਤੁਸੀਂ, ਹੈ ਨਾ? ਨਾਲ ਇਨਕਮ ਟੈਕਸ ਆਫੀਸਰ ਹਾਂ। ਆਫੀਸਰ ਹੋ ਤੁਸੀਂ, ਠੀਕ ਹੈ। ਸਰ, ਜਿੱਦਾਂ ਤੁਸੀਂ ਦੇਖਦੇ ਹੋ ਕਿ ਆਪਾਂ ਉਹਦੇ 'ਚ ਜ਼ਿਆਦਾ ਅੰਗਰੇਜ਼ੀ ਦੀ ਵਰਤੋਂ ਕਰਦੇ ਹਾਂ, ਹੈ ਨਾ, ਪੰਜਾਬੀ ਦੀ ਵਰਤੋਂ ਹੁੰਦੀ ਹੈ, ਉਰਦੂ ਦੇ ਵਿੱਚ ਸਿੱਖਣਾ ਪੰਜਾਬੀਆਂ ਦਾ ਬਹੁਤ ਘੱਟ ਹੀ ਸ਼ੌਂਕ ਹੁੰਦਾ ਹੈ, ਪਰ ਇੱਥੇ ਆ ਕੇ ਤੁਸੀਂ, ਮੈਨੂੰ ਬੜਾ ਵਧੀਆ ਲੱਗਾ ਤੁਸੀਂ ਵੀ ਸਿੱਖਣ ਆ ਰਹੇ ਹੋ, ਕੀ ਕਹਿਣਾ ਚਾਹੋਗੇ? ਨਹੀਂ, ਪਹਿਲਾਂ ਤਾਂ ਇਹ ਗਲਤ ਫਹਿਮੀ ਕੱਢ ਦੇਣੀ ਚਾਹੀਦੀ ਕਿ ਮਜ਼ਹਬੀ ਜ਼ਬਾਨ ਹੈ, ਮਜ਼ਹਬ ਦੇ ਨਾਲ ਜੋੜ ਕੇ ਨਹੀਂ ਉਰਦੂ ਦੇਖੀ ਜਾ ਸਕਦੀ। ਜੇ ਤੁਸੀਂ ਤਹਿਜ਼ੀਬ ਸਿੱਖਣੀ ਆ ਤਾਂ ਉਹਦੇ ਲਈ ਉਰਦੂ ਬਹੁਤ ਜ਼ਰੂਰੀ ਹੈਗੀ ਆ। ਤਰਜ਼ਮੇ ਪੜ੍ਹੇ ਮੈਂ ਬੜੇ, TN ਨਾਜ਼ ਦੇ, ਆਪਣੇ ਪ੍ਰੋਫੈਸਰ ਹੁੰਦਲ ਦੇ ਵੀ, ਪਰ ਜਿਹੜੀ ਓਰੀਜਨਲ ਜਿਹੜੀ ਚੀਜ਼ ਆ, ਓਰੀਜਨਲ ਤਾਂ ਉਰਦੂ ਜੇ ਸਿੱਖਾਂਗੇ ਫਿਰ ਹੀ ਪਤਾ ਲੱਗੇਗਾ, ਨਹੀਂ ਤਾਂ ਟ੍ਰਾਂਸਲੇਸ਼ਨ 'ਚੋਂ ਵੀ ਪਤਾ ਨਹੀਂ ਲੱਗਦੀ, ਇਸ ਕਰਕੇ ਮੈਂ ਸਿੱਖ ਰਿਹਾ। ਸੋ ਬਿਲਕੁਲ ਜੀ, ਇਸ ਦੇ ਨਾਲ, ਹਾਂਜੀ ਸਰ, ਕੀ ਕਹਿਣਾ ਚਾਹੋਗੇ? ਤੁਸੀਂ ਵੀ ਉਰਦੂ ਨੂੰ ਸਿੱਖ ਰਹੇ ਹੋ? ਮੈਂ ਪ੍ਰੋਫੈਸ਼ਨ, ਮੇਰਾ ਐਡਵੋਕੇਟ ਹੈ। ਕੀ ਬਾਤ ਹੈ! ਅਤੇ ਕੁਛ ਨਾ ਪੁਰਾਣੇ ਡਾਕੂਮੈਂਟਸ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਹੈਗੇ ਆ, ਅਤੇ ਉਹ ਉਰਦੂ ਦੇ ਵਿੱਚ ਹੈ, ਉਹ ਉਰਦੂ ਦੇ ਵਿੱਚ ਪੜ੍ਹਨਾ ਔਖਾ ਹੁੰਦਾ ਸੀਗਾ, ਤਾਂ ਮੈਂ ਸਿੱਖਣਾ ਸ਼ੁਰੂ ਕੀਤਾ। ਅਤੇ ਸਰ ਬੜਾ ਅੱਛਾ ਸਮਝਾ ਰਿਹਾ, ਸ਼ੁਰੂ 'ਚ ਮੈਨੂੰ ਇੱਕ ਦੋ ਦਿਨ ਥੋੜ੍ਹਾ ਲੱਗੇ, ਪ੍ਰੋਬਲਮ ਲੱਗੀ ਸੀਗੀ, ਪਰ ਉਸ ਤੋਂ ਬਾਅਦ ਹੁਣ ਠੀਕ ਹੋ ਰਿਹਾ ਸਾਰਾ। ਸੋ ਹੁਣ ਜਿਹੜੇ ਜਿੰਨੇ ਵੀ ਲਫ਼ਜ਼ ਨੇ ਸਾਰੇ ਸਮਝ ਆਉਂਦੇ ਆ? ਹਾਂਜੀ, ਹੁਣ ਸਮਝ ਆਉਂਦੇ ਆ ਸਾਰੇ। ਜੀ 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 ਸੋ ਬਿਲਕੁਲ ਜੀ, ਇਸ ਦੇ ਨਾਲ ਹੀ ਆਪਾਂ ਤੁਹਾਡੇ ਵੱਲ ਵੀ ਆਉਂਦੇ ਹਾਂ, ਕੀ ਕਹਿਣਾ ਚਾਹੋਗੇ ਤੁਸੀਂ ਅਤੇ ਐਂਡ ਕੰਮ ਕੀ ਕਰਦੇ ਹੋ? ਮੈਂ ਆਰਮੀ ਤੋਂ ਰਿਟਾਇਰ ਹਾਂ, 58 ਸਾਲ ਦੀ ਮੇਰੀ ਉਮਰ ਹੈ। ਮੈਂ ਜਦੋਂ 2 ਸਾਲ ਪਹਿਲੇ ਪਾਕਿਸਤਾਨ ਗਿਆ ਅਤੇ ਮੈਨੂੰ ਉਦੋਂ ਮਹਿਸੂਸ ਹੋਇਆ ਕਿ ਮੈਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਰੀਆਂ ਭਾਸ਼ਾਵਾਂ ਆਉਂਦੀਆਂ ਪਰ ਉਰਦੂ ਨਹੀਂ ਆਉਂਦਾ, ਔਰ ਇਹ ਕਮੀ ਮੈਨੂੰ ਇੰਗਲੈਂਡ ਵਿੱਚ ਵੀ ਮਿਲੀ, ਮੈਂ ਸਕੋਟਲੈਂਡ, ਲੰਡਨ, ਬਰਮਿੰਗਮ ਵਗੈਰਾ ਵੀ ਰਿਹਾ ਹਾਂ। ਫਿਰ ਮੇਰੇ ਮਨ ਵਿੱਚ ਆਇਆ ਸੀ ਕਿ ਜੋ ਸਾਰੀਆਂ ਭਾਸ਼ਾ ਮੈਨੂੰ ਵਧੀਆ ਆਉਂਦੀ ਆ, ਮੈਂ ਪੰਜਾਬੀ 'ਚ MA ਵੀ ਕੀਤੀ ਆ, ਇਹ ਭਾਸ਼ਾ ਸਿੱਖੀ ਜਾਵੇ। ਫਿਰ ਅਸੀਂ ਹੁਣ ਸਿੱਖ ਰਹੇ ਹਾਂ, ਸਤਨਾਮ ਸਿੰਘ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਸਿਖਾ ਰਹੇ ਹੈਗੇ ਆ, ਔਰ ਨੋ ਡਾਊਟ ਕਿ ਪੰਜਾਬੀ ਜਿੱਦਾਂ ਔਖੀ ਆ, ਹਿੰਦੀ ਔਖੀ ਆ, ਅੰਗਰੇਜ਼ੀ, ਉਰਦੂ ਵੀ ਔਖਾ ਆ, ਲੇਕਿਨ ਅਸੀਂ 6 ਮਹੀਨੇ ਦੇ ਵਿੱਚ ਇੰਨੇ ਕੁ ਕਾਬਲ ਹੋ ਜਾਵਾਂਗੇ ਕਿ ਅਸੀਂ ਅਖਬਾਰ ਵਗੈਰਾ, ਮੈਗਜ਼ੀਨ ਵਗੈਰਾ ਸਭ ਕੁਛ ਅਸੀਂ ਪੜ੍ਹਨ ਲੱਗ ਜਾਵਾਂਗੇ। ਬਹੁਤ ਵਧੀਆ ਲੈਂਗੁਏਜ ਹੈਗੀ ਆ, ਔਰ ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਹੈਗੇ ਉਹ ਵੀ ਇਸ ਲੈਂਗੁਏਜ ਨੂੰ ਪੜ੍ਹਨ, ਔਰ ਇਹ ਲੈਂਗੁਏਜ ਤਾਂ ਮੈਂ ਇਹ ਸੋਚਦਾ ਹੈਗਾ ਆ ਕਿ 3 ਲੈਂਗੁਏਜ ਤੋਂ ਪਿਆਰੀ ਹੈਗੀ ਆ, ਔਰ ਅਸੀਂ ਇਹਨੂੰ ਸਿੱਖ ਰਹੇ ਹਾਂ ਇਸੇ ਕਰਕੇ। ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਬਹੁਤ ਹੀ ਵਧੀਆ ਜਿਹੜਾ ਲੱਗਦਾ ਇਹਨਾਂ ਦੇ ਵੱਲੇ ਉਤਸ਼ਾਹ ਜਿਹੜਾ ਵਾ, ਤੁਸੀਂ ਵੀ ਸਿੱਖ ਰਹੇ ਹੋ ਜੀ? ਕਿੱਦਾਂ ਦਾ ਲੱਗ ਰਿਹਾ? ਵਧੀਆ ਲੱਗ ਰਿਹਾ ਜੀ। ਮੈਂ ਪਹਿਲਾਂ ਹੀ ਪੜ੍ਹਦਾ ਸੀਗਾ ਜੀ, ਪਰ ਬਿਨਾਂ ਸਟਾਫ ਤੋਂ ਪੜ੍ਹਨੀ ਹੁੰਦੀ ਸੀ,
ਮੈਂ ਦੱਸਣਾ ਚਾਹੁੰਦਾ ਹੈ ਕਿ ਇਹ ਜੀ ਭਾਸ਼ਾ ਹੈ, ਇਹਨੂੰ ਸਿੱਖਣ ਦੀ ਕੋਈ ਵੀ ਏਜ ਨਹੀਂ ਹੁੰਦੀ, ਕਿਸੇ ਵੀ ਉਮਰ ਦੇ ਵਿੱਚ ਆਪਾਂ ਸਿੱਖ ਸਕਦੇ ਹਾਂ। ਇਹ ਲੈਂਗੁਏਜ ਬਹੁਤ ਪਿਆਰੀ ਲੈਂਗੁਏਜ ਹੈ। ਮੇਰਾ ਬੇਟਾ ਡਾਕਟਰ ਹੈ, ਉਹਨੇ ਵੀ ਇੱਥੇ ਉਰਦੂ ਸਿੱਖਿਆ ਅਤੇ ਉਹਨੇ ਮੈਨੂੰ ਕੰਪੇਅਰ ਕੀਤਾ ਕਿ ਪਾਪਾ ਲਰਨ ਸਮਥਿੰਗ ਨਿਊ ਲਰਨ। ਜਦੋਂ ਮੈਨੂੰ ਮਹੀਨਾ ਹੋ ਗਿਆ ਆਉਣ ਲੱਗਿਆ, 18-19 ਦਿਨ ਹੋ ਗਏ, ਅਤੇ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ। ਫ੍ਰੀ ਐਜੂਕੇਸ਼ਨ ਏ, ਗੈਟ ਟੂਗੈਦਰ ਹੁੰਦਾ, 20 ਬੰਦਿਆਂ ਦਾ ਇੰਟਰੈਕਸ਼ਨ ਹੁੰਦੀ ਹੈ ਅਤੇ ਆਪਾਂ ਨਵੀਆਂ ਚੀਜ਼ਾਂ ਸਿੱਖਦੇ ਪਏ। ਸੋ ਬਿਲਕੁਲ ਜੀ, ਸਾਡੇ ਨਾਲ ਹੁਣ ਮੈਡਮ ਭੁਪਿੰਦਰਜੀਤ ਕੌਰ ਵੀ ਮੌਜੂਦ ਨੇ, ਜੋ ਕਿ ਇਸ ਸਾਰਾ ਜਿਹੜਾ ਕਰਤਾ ਧਰਤਾ ਦੇਖਦੇ ਨੇ, ਇੰਚਾਰਜ ਨੇ ਇੱਥੋਂ ਦੇ। ਸੋ ਆਪਾਂ ਗੱਲ ਕਰਦੇ ਹਾਂ ਮੈਡਮ ਦੇ ਨਾਲ। ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ। ਮੈਮ, ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੇ ਹੋ ਕਿ ਬੱਚੇ ਜਿੰਨੇ ਵੀ ਵਿਦਿਆਰਥੀ ਉਰਦੂ ਸਿੱਖਣ ਆਉਂਦੇ ਨੇ, ਕੋਈ ਫੀਸ ਨਹੀਂ ਲਈ ਜਾਂਦੀ। ਇਹ ਕਦੋਂ ਤੋਂ ਤੁਸੀਂ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੋਇਆ? ਇਹ ਸਾਡਾ ਜਦੋਂ ਤੋਂ ਸਾਡਾ ਦਫ਼ਤਰ ਬਣਿਆ ਜੀ, ਉਦੋਂ ਤੋਂ ਸਾਡਾ ਮਤਲਬ ਘੱਟੋ ਘੱਟ 1900 ਇਹ ਹੈਗੀ, ਮੇਰੇ ਖਿਆਲ 56-57 ਦੀ ਗੱਲ ਹੈ। ਉਦੋਂ ਤੋਂ ਸਾਡਾ ਜਦੋਂ ਤੋਂ ਦਫ਼ਤਰ ਬਣਿਆ, ਮਤਲਬ ਕਿ ਘੱਟੋ ਘੱਟ ਇਹਨਾਂ ਨੂੰ ਹੋ ਗਏ 40-50 ਸਾਲ ਹੋ ਗਏ। ਮਤਲਬ ਕਿ ਫ੍ਰੀ ਕਲਾਸ ਚੱਲੀ ਸਾਡੀ ਇੱਥੋਂ ਦੀ, ਇਹ ਤਾਂ ਕੋਈ ਪੈਸਾ ਨਹੀਂ ਲਿਆ ਜਾਂਦਾ। ਬਲਕਿ ਟੀਚਰ ਨੂੰ, ਉਰਦੂ ਟੀਚਰ ਨੂੰ 5000 ਰੁਪਇਆ ਸਰਕਾਰ ਦੇ ਰਹੀ ਹੈ ਤਨਖਾਹ। ਇਹ ਤਾਂ ਬਹੁਤ ਹੀ ਮਤਲਬ ਵੱਡੀ ਨਾਕਾਮੀ ਹੈ ਸਰਕਾਰ ਦੀ, ਕਿ ਹੈ ਨਾ, ਕਿਉਂਕਿ ਜਿਹੜਾ ਕਿ ਉਰਦੂ ਸਿੱਖਣਾ ਕੋਈ ਸੌਖਾ ਨਹੀਂ ਹੈ, ਬਹੁਤ ਮੁਸ਼ਕਲ ਜਿਹੜੀ ਇਹ ਭਾਸ਼ਾ ਵੀ ਹੈ, ਮਿੱਠੀ ਜ਼ਰੂਰ ਹੈ ਪਰ ਮੁਸ਼ਕਲ ਹੈ। ਪਰ ਜੇਕਰ ਗੱਲ ਕੀਤੀ ਜਾਵੇ ਤਨਖਾਹ ਦੀ, ਉਹ ਤਾਂ ਬਹੁਤ ਹੀ ਸੀਮਤ ਹੈ। ਹਾਂਜੀ ਹਾਂਜੀ, ਬਾਕੀ ਇਹ ਵੀ ਸਾਡੇ ਕੋਲ ਜਿੰਨੇ ਵੀ ਆਉਂਦੇ ਆ ਸਾਡੇ ਟੀਚਰ, ਉਰਦੂ ਟੀਚਰ ਬਹੁਤ ਵਧੀਆ ਨੇ, ਉਹ ਕਾਲ ਨਹੀਂ ਪੈਂਦੇ, ਕਾਲੇ ਉਹਨਾਂ ਨੂੰ ਕਿਹਾ, ਕਹਿੰਦੇ ਜਦੋਂ ਤੱਕ ਬੱਚਿਆਂ ਨੂੰ ਸਮਝ ਨਹੀਂ ਚੰਗੀ ਤਰ੍ਹਾਂ ਆਉਂਦੀ, ਮੈਂ ਕਲਾਸ ਨਹੀਂ ਛੱਡੀ। ਬੜੇ ਤਰੀਕੇ, ਬੜੇ ਸਰਲ ਢੰਗ ਨਾਲ ਉਹ ਬੱਚਿਆਂ ਨੂੰ ਆਪਣੀ ਉਰਦੂ ਸਿਖਾ ਰਹੇ ਨੇ। ਬਿਲਕੁਲ ਜੀ, ਉਹ ਸਤਨਾਮ ਸਿੰਘ, ਹਾਂਜੀ, ਆਪਣੇ ਇਸ ਸਰਕਾਰ ਨੇ ਇੱਕ ਫਾਰਮ ਕੱਢਿਆ, ਅਸੀਂ ਉਹ ਵਿਦਿਆਰਥੀਆਂ ਤੋਂ ਭਰਵਾਉਂਦੇ ਹਾਂ, ਬਸ ਉਸ ਬੇਸ 'ਤੇ ਅਸੀਂ ਐਡਮਿਸ਼ਨ ਦੇ ਦਿੰਦੇ ਹਾਂ। ਜਿਹੜਾ ਮਰਜ਼ੀ, ਚਾਹੇ ਕੋਈ 8ਵੀਂ ਪਾਸ ਹੈ, ਚਾਹੇ ਕੋਈ 10ਵੀਂ ਪਾਸ ਹੈ, ਜਿਹੜਾ ਮਰਜ਼ੀ ਇੱਥੇ ਆ ਕੇ ਫ੍ਰੀ ਸਿੱਖ ਸਕਦਾ ਉਰਦੂ ਦੀ। ਹਾਂ ਬਿਲਕੁਲ ਜੀ, ਵਿਦਿਆਰਥੀ ਵੀ ਗੱਲ ਕਰ ਰਹੇ ਸੀ, ਸਤਨਾਮ ਸਿੰਘ ਹੁਣ ਉਹਨਾਂ ਨੂੰ ਪੜ੍ਹਾਉਂਦੇ ਨੇ, ਬਹੁਤ ਤਾਰੀਫ ਹੋ ਰਹੀ ਸੀ ਉਹਨਾਂ ਦੀ ਕਿ ਉਹ ਬਹੁਤ ਵਧੀਆ ਜਿਹੜਾ ਹੈ ਸਿਖਾਉਂਦੇ ਨੇ। ਹਾਂਜੀ, ਬਾਕੀ ਇਹ ਦੇਖੋ, ਇਹ ਸਰਕਾਰ ਨੇ ਉਪਰਾਲਾ ਕੀਤਾ, ਅਸੀਂ ਕਹਿੰਦੇ ਹੋਰ ਵੀ ਉੱਚੇ ਲੈਵਲ 'ਤੇ, ਅਸੀਂ ਇਹ ਮਿਡਲ ਕਲਾਸ ਤੱਕ, ਅਸੀਂ ਸਰਕਾਰ ਨੂੰ ਹੁਣ ਇਹ ਕਹਿ ਰਹੇ ਹਾਂ ਕਿ ਇਹ ਭਾਵੇਂ 10ਵੀਂ ਲੈਵਲ ਤੱਕ ਦਾ ਵੀ ਕਰ ਦੇਣ, ਅੱਗੇ ਚਾਹਵਾਂਗੇ ਕਿ ਬੱਚਿਆਂ ਨੂੰ ਹੋਰ ਥੋੜ੍ਹਾ ਉਤਸ਼ਾਹ ਮਿਲੇ। ਅਤੇ ਜਿਸ ਹਿਸਾਬ ਨਾਲ ਜੇਕਰ ਗੱਲ ਕੀਤੀ ਜਾਵੇ ਤਨਖਾਹ ਦੀ, ਤਾਂ ਫਿਰ ਉਦੋਂ ਤੋਂ ਤੁਸੀਂ ਸਰਕਾਰ ਨੂੰ ਕਹਿੰਦੇ ਹੋ ਕਿ ਹਾਂਜੀ ਕਿ ਇੰਨਾ ਪੜ੍ਹਾਉਂਦੇ ਲਿਖਾਉਂਦੇ ਆ ਪਰ ਜਿਹੜੀ ਤਨਖਾਹ ਉਹ ਨਿਗੁਣੀ ਆ? ਨਹੀਂ ਦੇਖੋ, ਪਹਿਲਾਂ ਇਹ 250 ਰੁਪਏ ਸੀ, ਸਿਰਫ 250 ਰੁਪਏ ਦੇਈਦੇ ਸੀਗਾ ਜੀ। ਉਸ ਤੋਂ ਬਾਅਦ 500 ਹੋਇਆ, 500 ਤੋਂ ਇਹਨਾਂ ਸਰਕਾਰ ਨੇ 2500, ਇੱਕ ਕਲਾਸ ਵੀ ਘੰਟੇ ਇੱਕ ਘੰਟੇ ਦੀ ਹੈ ਸਿਰਫ, ਕਿਉਂਕਿ ਵਿੱਚ ਸਰਕਾਰ ਨੇ ਛੱਡੀ, ਜੋ ਵੀ ਸਰਕਾਰੀ ਛੁੱਟੀ ਆ ਗਈ ਉਹ ਛੁੱਟੀ ਨਾਲ ਹੀ ਹੈ ਜੀ। ਕਸਮ ਜੋ 15-20 ਦਿਨ ਕਲਾਸ ਮਸਾ ਲੱਗਦੀ ਹੈ ਜੀ, ਫਿਰ ਸਰਕਾਰ ਨੇ ਆਪਣਾ ਦੇਖ ਕੇ ਦੇਖਣਾ ਹੁੰਦਾ ਜੀ। ਹੁਣ 5000 ਇਹਨਾਂ ਨੇ, ਮੈਂ ਕਿਹਾ ਸਾਲ 2 ਸਾਲ ਤੋਂ ਕਰਤਾ ਇਹਨਾਂ ਨੇ ਫਿਕਸ। ਦੇਖੋ, ਉਮੀਦ ਹੈ ਅਗਲੇ ਆਉਂਦੇ ਸਾਲ ਤੱਕ ਇਹ ਸ਼ਾਇਦ ਡਬਲ ਹੋ ਜਾਵੇ ਜੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਜੀ, ਥੈਂਕਸ ਮੈਮ। ਸੋ ਬਿਲਕੁਲ ਜੀ, ਤੁਸੀਂ ਜਾਣ ਹੀ ਲਿਆ ਕਿ ਇਹਨਾਂ ਵਿਦਿਆਰਥੀਆਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਉਰਦੂ ਨੂੰ ਲੈ ਕੇ। ਇਸ ਦੇ ਨਾਲ ਇੱਕ ਨਵੀਂ ਗੱਲ ਇਹ ਵੀ ਦੇਖਣ ਨੂੰ ਮਿਲਦੀ ਕਿ ਅੱਜ ਜਿਹੜੇ ਬਹੁਤੇ ਵਿਦਿਆਰਥੀ ਨੇ ਆਇਲਟਸ ਕਰਕੇ ਬਾਹਰ ਜਾਣ ਦੀ ਹੋੜ ਵਿੱਚ ਨੇ। ਹਰ ਇੱਕ ਜਦੋਂ ਵੀ ਕੋਈ ਪਲੱਸ ਟੂ ਕਰਦਾ ਜਾਂ ਗ੍ਰੈਜੂਏਸ਼ਨ ਕਰ ਲੈਂਦਾ ਤਾਂ ਸਭ ਤੋਂ ਪਹਿਲਾਂ ਉਹ ਕਹਿੰਦਾ ਕਿ ਅਸੀਂ ਆਇਲਟਸ ਕਰੀਏ ਅਤੇ ਬਾਹਰ ਚਲੇ ਜਾਈਏ। ਬਹੁਤ ਹੀ ਵਧੀਆ ਜਿਹੜਾ ਉਪਰਾਲਾ ਹੈ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਕੀਤਾ ਜਾ ਰਿਹਾ, ਜਿੱਥੇ ਜਿਹੜੀ ਬਿਲਕੁਲ ਫ੍ਰੀ ਉਰਦੂ ਸਿਖਾਈ ਜਾਂਦੀ ਹੈ, ਇੱਕ ਵੀ ਜਿਹੜਾ ਪੈਸਾ ਨਹੀਂ ਲਿਆ ਜਾਂਦਾ। ਕਿਸੇ ਵੀ ਸਮੇਂ ਤੁਸੀਂ ਆ ਕੇ ਇਸਦਾ ਪੇਪਰ ਵੀ ਦੇ ਸਕਦੇ ਹੋ। ਪਰ ਜਿਹੜੀਆਂ ਕਲਾਸਾਂ ਨੇ ਜਨਵਰੀ ਮਹੀਨੇ ਦੇ ਵਿੱਚ, ਫਿਰ 6 ਮਹੀਨੇ ਬਾਅਦ ਜੁਲਾਈ ਦੇ ਵਿੱਚ ਲੱਗਦੀਆਂ ਨੇ। ਜਨਵਰੀ ਅਤੇ ਜੁਲਾਈ ਦੇ ਮਹੀਨੇ ਦੇ ਵਿੱਚ ਆ ਕੇ ਤੁਸੀਂ ਜਿਹੜੀ ਐਡਮਿਸ਼ਨ ਇੱਥੇ ਕਰਵਾ ਸਕਦੇ ਹਾਂ ਅਤੇ ਉਸ ਤੋਂ ਬਾਅਦ ਬਿਲਕੁਲ ਫ੍ਰੀ, ਕੋਈ ਪੈਸਾ ਨਹੀਂ ਹੈ, ਤੁਸੀਂ ਉਰਦੂ ਦਾ ਜਿਹੜਾ ਗਿਆਨ ਹੈ ਉਹ ਵੀ ਹਾਸਲ ਕਰ ਸਕਦੇ ਹਾਂ। ਇਸ ਇੱਥੇ ਬਹੁਤ ਹੀ ਵੱਡੀ ਜਿਹੜੀ ਸਿੱਖਿਆ ਦਿੰਦੇ ਨੇ ਇਹ ਸਾਡੇ ਜਿਹੜੇ ਉਮਰ ਦਰਾਜ਼ ਦੇ ਵਿਦਿਆਰਥੀ ਨੇ, ਉਹ ਜਦੋਂ ਆ ਕੇ ਸਿੱਖਦੇ ਨੇ ਤਾਂ ਨੌਜਵਾਨਾਂ ਦੇ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ। ਵੱਖ ਵੱਖ ਉਹਨਾਂ ਨੇ ਆਪਣੀਆਂ ਗੱਲਾਂ ਦੱਸੀਆਂ ਨੇ ਕਿਸ ਕਿਸ ਕਾਰਨਾਂ ਤੋਂ ਉਹ ਉਰਦੂ ਸਿੱਖਦੇ ਨੇ। ਸੋ ਇੱਕ ਬਹੁਤ ਹੀ ਵਧੀਆ ਜਿਹੜੀ ਮਿੱਠੀ ਜ਼ੁਬਾਨ ਹੈ, ਮਿੱਠੀ ਬੋਲੀ ਹੈ, ਭਾਸ਼ਾ ਹੈ, ਸੋ ਹਰ ਇੱਕ ਜਿਹੜਾ ਆ ਕੇ ਵਿਦਿਆਰਥੀ ਇਸ ਨੂੰ ਸਿੱਖਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਕੁਝ ਵਿਦਿਆਰਥੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਰਦੂ ਨੂੰ ਜਿਹੜਾ ਸਿਲੇਬਸ ਦੇ ਵਿੱਚ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਪੜ੍ਹਾਈ ਦੇ ਵਿੱਚ ਜਿਹੜੀ ਉਰਦੂ ਹੈ, ਪੰਜਾਬੀ ਦੇ ਨਾਲ ਨਾਲ ਜਿਹੜੀ ਹੈ ਅੰਗਰੇਜ਼ੀ ਦੇ ਨਾਲ ਨਾਲ ਉਰਦੂ ਵੀ ਜਿਹੜੀ ਲਾਜ਼ਮੀ ਹੋਣੀ ਚਾਹੀਦੀ ਹੈ, ਤਾਂ ਕਿ ਜਦੋਂ ਅਸੀਂ ਹੋਰ ਕਿਸੇ ਦੇਸ਼ ਵਿੱਚ ਜਾਂਦੇ ਹਾਂ ਜਾਂ ਕਿ ਹੋਰ ਭਾਸ਼ਾ ਪੜ੍ਹਦੇ ਹਾਂ ਤਾਂ ਅਸੀਂ ਉਰਦੂ ਨੂੰ ਜਿਹੜਾ ਜ਼ਰੂਰ ਅਸੀਂ ਆਸਾਨੀ ਦੇ ਨਾਲ ਸਮਝ ਸਕੀਏ ਅਤੇ ਪੜ੍ਹ ਸਕੀਏ। ਇਸ ਦੇ ਨਾਲ ਹੀ ਹੁਣ ਦਿਓ ਆ ਗਿਆ ਕੈਮਰਾਮੈਨ ਜਗਰੂਪ ਦੇ ਨਾਲ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ